ਉਹ ਗਿਰਨਾ ਜਿਵੇਂ ਲਫੰਗਿਆ ਗਿਰਨਾ ਨਹੀਂ ਮੈਨੂੰ ਤਾਂ ਲੱਗਦਾ ਤੈਨੂੰ ਪਿੰਡੋਂ ਵੀ ਕੱਢਿਆ ਹੋਇਆ ਕਿਸੇ ਨੇ ਬਹਿ ਥੱਲੇ ਥੱਲੇ ਨਾ ਇਹ ਛੱਡੀ ਦੋ ਕੰਨ ਤੇ ਥੱਲੇ ਨਾ ਲਾ ਇਹਨੂੰ ਬਾਂਹ ਟੁੱਟ ਗਈ 3 ਮਹੀਨੇ ਘਰਦਿਆਂ ਨੂੰ ਸਹਾਰਾ ਤਾਂ ਕਰ ਦੇਣਾ ਕਮਲਿਆਂ ਨੇ ਕਿਹੜੇ ਕੁੱਤੇ ਕੰਮ ਲੱਗੇ ਤੈਨੂੰ ਲੱਗਦਾ ਮੈਂ ਇੱਥੇ ਬਣਾਊਗਾ ਮੇਰੇ ਤਾਂ ਮੇਰੇ ਪਿੱਛੇ ਜਿਹੜੇ ਘਰ ਸੀ ਉਹ ਕਹਿੰਦੇ ਪਾਗਲ ਹੋ ਗਿਆ ਅੱਜ ਮੈਂ ਸੋਚਦਾ ਵੀ ਇਹ ਪਾਗਲ ਨੂੰ ਕਿੰਨੇ ਬੰਦੇ ਦੇਖਣਾ ਹੈ ਜਾਂ ਤਾਂ ਤੁਸੀਂ ਸਾਰੇ ਵੀ ਪਾਗਲ ਹੋ ਕੰਮ ਦਾ ਜਿਹੜਾ ਦਿਸ ਹੱਦਾਂ ਹੁੰਦਾ ਬੜਾ ਦੂਰ ਦੂਰ ਤੱਕ ਜਿਹੜਾ ਸੋਚਦਾ ਬੜੇ ਥੋੜੇ ਬੰਦੇ ਹੁੰਦੇ ਆ ਆਪਾਂ ਸਾਹਮਣੇ ਸੋਚ ਲੈਂਦੇ ਕਿ ਉੱਥੇ ਅਸਮਾਨ ਧਰਤੀ ਨੂੰ ਲੱਗ ਗਿਆ ਦੁਨੀਆ ਮੁੱਕ ਗਈ ਦੁਨੀਆ ਮੁੱਕਦੀ ਨਹੀਂ ਸੋ ਜਿਹੜੇ ਕੰਮ ਕਰਦੇ ਆ ਮਿਹਨਤ ਕਰਦੇ ਆ ਇਹ ਜੀ ਪੰਜਾਬੀ ਸੱਭਿਆਚਾਰ ਲੱਚਰ ਹੋ ਗਿਆ ਵੀ ਤੁਸੀਂ ਨਾ ਸੁਣੋ ਜਿਹੜਾ ਗੰਦਾ ਗੀਤ ਹੈ ਚੰਗਾ ਸੁਣ ਲਓ ਤੁਹਾਨੂੰ ਪੰਡਤ ਨੇ ਆਖਿਆ ਸੁਣਨਾ 24 ਘੰਟੇ ਟੈਲੀਵਿਜ਼ਨ ਮੂਲ ਬੈਠੇ ਰਹਿੰਦਾ ਕੰਮ ਕੋਈ ਹੈ ਨਹੀਂ ਕਲਮ ਚੱਕਦੇ ਆ ਸ਼ਾਮ ਨੂੰ ਆਰਟੀਕਲ ਭੇਜ ਦਿੰਦੇ ਆ ਸ਼ਾਮ ਨੂੰ 200 ਰੁਪਏ ਆ ਜਾਂਦਾ ਲੱਚਰਤਾ ਕੀ ਹੈ ਹਰ ਪਰਿਵਾਰ ਚ ਪਿਓ ਆਪਣੇ ਪੁੱਤ ਨੂੰ ਗਾਲ ਕੱਢ ਕੇ ਬੁਲਾਉਂਦਾ ਫਿਰ ਉਹ ਲੱਚਰਤਾ ਨਹੀਂ ਹੈਗੀ ਉਹ ਵੀ ਬੰਦ ਕਰੋ ਮੇਰਾ ਜੀ ਕਰਦਾ ਗਾਇਕਾਂ ਤੇ ਚੜ ਜਾਂਦਾ ਆ ਕੇ ਮੈਂ ਪੂਰੇ ਦੁਖੀ ਟਿੱਕੀ ਨਾਲ ਕਿਉਂ ਮਿੱਤਰਾਂ ਨੂੰ ਬੁਲਾਇਆ ਜਾਂਦਾ ਹੈ ਮੈਂ ਉਸ ਰੇਸ ਦਾ ਘੋੜਾ ਨਹੀਂ ਜਿੱਥੇ ਮੈਨੂੰ ਦੜਾਇਆ ਜਾਂਦਾ ਹੈ ਮੈਂ ਤਾਂ ਸਾਰੇ ਗਾ ਦੇਣਾ ਫਿਰ ਤੇਰੇ ਵਰਗਾ ਬਹਿ ਜਾਂਦਾ ਸਵੇਰੇ ਮੇਰਾ ਮੂੰਹ ਧੋਤੇ ਫੇਸਬੁੱਕ ਤੇ ਹਥਿਆਰ ਵਾਲੇ ਗਾਣੇ ਗਾਉਂਦਾ ਜਗਰਾਤਾ ਕਰੀਏ 1 2 1 ਜੱਟ